ਜੇ ਦਿੱਲੀ ਦੇ ਸਿੱਖ ਆਪਣੀ ਉੱਥੇ ਕਮੇਟੀ ਬਣਾ ਕੇ ਪ੍ਰਬੰਧ ਚਲਾ ਸਕਦੇ ਨੇ, ਪਟਨਾ ਸਾਹਿਬ ਦੇ ਸਿੱਖ ਚਲਾ ਸਕਦੇ ਨੇ, ਹਜ਼ੂਰ ਸਾਹਿਬ ਦੇ ਚਲਾ ਸਕਦੇ ਨੇ, ਫਿਰ ਹਰਿਆਣੇ ਅਤੇ ਰਾਜਸਥਾਨ ਦੇ ਸਿੱਖ ਕਿਉਂ ਨਹੀਂ ਚਲਾ ਸਕਦੇ? ਇਹਦੀ ਲੋੜ ਤਾਂ ਪਈ ਹੈ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਮੇਨ ਸੰਸਥਾ ਸੀ, ਜਦੋਂ ਉਹਦੇ ਉੱਤੇ ਇੱਕ ਪਰਿਵਾਰ ਦਾ, ਬਾਦਲ ਪਰਿਵਾਰ ਦਾ ਜਾਂ ਇਹੋ ਜਿਹੇ ਲੋਕਾਂ ਦਾ ਕਬਜ਼ਾ ਹੋ ਗਿਆ। ਕਦੇ ਵੀ ਕਿਸੇ ਸੰਸਥਾ ਦੇ ਵਿੱਚ ਖਾਮੀਆਂ ਨਹੀਂ ਹੁੰਦੀਆਂ, ਹਮੇਸ਼ਾ ਆਗੂਆਂ ਦੇ ਵਿੱਚ ਹੁੰਦੀਆਂ ਨੇ, ਪਾਰਟੀਆਂ 'ਚ ਖਾਮੀਆਂ ਨਹੀਂ ਹੁੰਦੀਆਂ, ਉਹਦੇ ਲੀਡਰਾਂ ਦੇ ਵਿੱਚ ਹੁੰਦੀਆਂ ਨੇ। ਬਾਦਲ ਪਰਿਵਾਰ ਨੇ ਉੱਥੋਂ ਦਾ ਜਿਹੜਾ ਪੈਸਾ ਆਪਣੇ ਰਾਜਨੀਤਿਕ ਮਫਾਦਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ। ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਇਤਿਹਾਸਿਕ ਸਥਾਨ ਝੀਲ ਬੁੱਢਾ ਜੋੜ ਵਿਖੇ ਰਾਜਸਥਾਨ, ਹਰਿਆਣਾ ਤੇ ਪੰਜਾਬ ਦੀਆਂ ਪੰਥਕ ਸ਼ਖਸੀਅਤਾਂ ਅਤੇ ਰਾਜਸਥਾਨ ਦੀਆਂ ਸਿੱਖ ਸੰਗਤਾਂ ਦਾ ਇਕੱਠ ਹੋਇਆ। ਇਸ ਇਕੱਠ ਦੇ ਵਿੱਚ ਜਿੱਥੇ ਝੀਲ ਬੁੱਢਾ ਜੋੜ ਦੀ ਹੋਂਦ ਨੂੰ ਕਾਇਮ ਰੱਖਣ ਲਈ ਵਿਚਾਰ ਵਟਾਂਦਰਾ ਹੋਇਆ, ਉੱਥੇ ਰਾਜਸਥਾਨ ਦੇ ਕਰੀਬ 18 ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਵੱਖਰੀ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਨੇ ਫਿਰ ਤੋਂ ਜ਼ੋਰ ਫੜਿਆ। ਪੰਥਕ ਆਗੂਆਂ ਨੇ ਇਸ ਮੌਕੇ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪੂਰੇ ਭਾਰਤ ਦੀ ਸਿੱਖ ਪਾਰਲੀਮੈਂਟ ਬਣਾਉਣ ਦੀ ਲੋੜ ਹੈ। ਜੇ ਦਿੱਲੀ ਦੇ ਸਿੱਖ ਆਪਣੀ ਉੱਥੇ ਕਮੇਟੀ ਬਣਾ ਕੇ ਪ੍ਰਬੰਧ ਚਲਾ ਸਕਦੇ ਨੇ, ਪਟਨਾ ਸਾਹਿਬ ਦੇ ਸਿੱਖ ਚਲਾ ਸਕਦੇ ਨੇ, ਹਜ਼ੂਰ ਸਾਹਿਬ ਦੇ ਚਲਾ ਸਕਦੇ ਨੇ, ਫਿਰ ਹਰਿਆਣੇ ਅਤੇ ਰਾਜਸਥਾਨ ਦੇ ਸਿੱਖ ਕਿਉਂ ਨਹੀਂ ਚਲਾ ਸਕਦੇ? ਕੀ ਇਹਨਾਂ ਦੇ ਵਿੱਚ ਕਾਬਲੀਅਤ ਨਹੀਂ? ਤੋ ਇਸ ਕਰਕੇ ਅਸੀਂ ਤਾਂ ਇਹ ਸਮਝਦੇ ਹਾਂ ਕਿ ਆਲ ਇੰਡੀਆ ਦੇ ਵਿੱਚ ਹਰ ਸਟੇਟ ਦੇ ਵਿੱਚ ਉੱਥੋਂ ਦੀ ਕਮੇਟੀ ਹੋਣੀ ਚਾਹੀਦੀ ਹੈ, ਕਿਉਂਕਿ ਜਿੰਨਾ ਚਿੰਤਾ ਜਿਹੜੀ ਹੈ ਆਪਣੀ ਸਟੇਟ ਦੀ ਜਾਂ ਆਪਣੇ ਉੱਥੇ ਦੇ ਵਸੇ ਹੋਏ ਗੁਰੂ ਕੇ ਸਿੱਖਾਂ ਦੀ ਕਮੇਟੀਆਂ ਕਰ ਸਕਦੀਆਂ ਨੇ, ਤਾਂ ਦੂਸਰਾ ਨਹੀਂ ਕਰ ਸਕਦਾ ਹੈਗਾ ਜਾ ਕੇ। ਹੁਣ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਹਰਿਆਣੇ ਦੇ ਵਿੱਚ ਨੁਮਾਇੰਦਗੀ ਕਰਦੀ ਹੈ, ਪਰ ਜਦੋਂ ਹਰਿਆਣੇ ਦੇ ਜਿਹੜੇ 28-30 ਲੱਖ ਸਿੱਖ ਆ ਉਹਨਾਂ ਨੂੰ ਜਾ ਕੇ ਪੁੱਛੋ ਕਿ ਕਮੇਟੀ ਨੇ ਕੀ ਕੀਤਾ, ਜੇ ਉਹਨਾਂ ਨੇ ਨਹੀਂ ਕੁਛ ਕੀਤਾ, ਉਹਨਾਂ ਨੇ ਵਿਤਕਰਾ ਰੱਖਿਆ, ਸਹੀ ਤਰੀਕੇ ਨਾਲ ਨਹੀਂ ਨਿਭ ਸਕੇ, ਤਾਂ ਹੀ ਉਹਨਾਂ ਸਿੱਖਾਂ ਨੂੰ ਲੋੜ ਪਈ ਹੈ। ਸੋ ਇਹਦੇ ਨਾਲ ਸਿੱਖਾਂ ਦੀ ਡਿਵੈਲਪਮੈਂਟ ਹੋਊਗੀ, ਇਕੱਲਾ ਧਾਰਮਿਕ ਤੌਰ 'ਤੇ ਨਹੀਂ, ਰਾਜਨੀਤਿਕ ਤੌਰ 'ਤੇ ਵੀ ਅਤੇ ਆਰਥਿਕ ਤੌਰ 'ਤੇ ਵੀ, ਕਿਉਂਕਿ ਸੰਸਥਾਵਾਂ ਖੁੱਲ੍ਹਣਗੀਆਂ। ਸੋ ਇਸ ਕਰਕੇ ਇਹ ਮੈਨੂੰ ਲੱਗਦਾ ਕਿ ਇੱਥੋਂ ਦੀ ਸਰਕਾਰ ਨੂੰ ਜਾਂ ਸਾਡੀਆਂ ਸੰਸਥਾਵਾਂ ਨੂੰ ਇਹਦੇ 'ਚ ਖੁੱਲ੍ਹ ਦਿਲੀ ਦਿਖਾ ਕੇ ਇਹ ਜਿਹੜੀ ਸਿੱਖਾਂ ਦੀ ਜਾਇਜ਼ ਮੰਗ ਆ ਉਹਦਾ ਸਾਥ ਦੇਣਾ ਚਾਹੀਦਾ, ਅਤੇ ਅਸੀਂ ਫਤਿਹਗੜ੍ਹ ਸਾਹਿਬ ਦੀ ਉਸ ਪਾਕ ਪਵਿੱਤਰ ਧਰਤੀ ਤੋਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਔਰ ਪੰਥਕ ਅਕਾਲੀ ਲਹਿਰ ਵੱਲੋਂ ਔਰ ਸੰਤ ਸਮਾਜ ਵੱਲੋਂ ਮੈਂ ਇਸ ਗੱਲ ਦਾ ਪੂਰਨ ਸਮਰਥਨ ਕਰਦਾ ਅਤੇ ਅਸੀਂ ਇਹਨਾਂ ਨੂੰ ਸਮਰਥਨ ਦਿੱਤਾ ਇੱਕ ਮਿੰਟ। ਤੁਸੀਂ ਖਾਮੀ SGPC ਦੇਖਦੇ ਹੋ ਜਾਂ ਉਹਨੂੰ ਚਲਾਉਣ ਵਾਲੇ ਜਿਹੜੇ ਆਗੂ ਉਹਨਾਂ ਵਿੱਚ? ਕਦੇ ਵੀ ਕਿਸੇ ਸੰਸਥਾ ਦੇ ਵਿੱਚ ਖਾਮੀਆਂ ਨਹੀਂ ਹੁੰਦੀਆਂ, ਹਮੇਸ਼ਾ ਆਗੂਆਂ ਦੇ ਵਿੱਚ ਹੁੰਦੀਆਂ ਨੇ, ਪਾਰਟੀਆਂ 'ਚ ਖਾਮੀਆਂ ਨਹੀਂ ਹੁੰਦੀਆਂ, ਉਹਦੇ ਲੀਡਰਾਂ ਦੇ ਵਿੱਚ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਸੰਸਥਾ ਬੜੀ ਪਵਿੱਤਰ ਹੈ, ਸਿੱਖਾਂ ਨੇ ਆਪਣਾ ਖੂਨ ਵਹਾ ਕੇ ਇਹ ਸੰਸਥਾ ਕਾਇਮ ਕੀਤੀ ਸੀ, ਇਸ ਕਰਕੇ ਸੰਸਥਾ 'ਚ ਕੋਈ ਖਾਮੀ ਨਹੀਂ, ਖਾਮੀਆਂ ਜਿਹੜੇ ਉਹਦੇ 'ਤੇ ਇਸ ਵਕਤ ਕਾਬਜ਼ ਹੋ ਚੁੱਕੇ ਨੇ ਲੋਕ ਉਹਨਾਂ ਦੇ ਵਿੱਚ। ਸਰਦਾਰ ਹਰਦੀਪ ਸਿੰਘ ਡਿਬਡਵਾ ਜੀ ਵੱਲੋਂ ਜੋ ਅੱਜ ਦਾ ਇਹ ਇਕੱਠ ਕੀਤਾ ਗਿਆ, ਮੈਂ ਸਮਝਦਾ ਬਹੁਤ ਚੰਗਾ ਕਦਮ ਹੈ, ਔਰ ਇਹ ਕਦਮ ਭਾਵੇਂ ਉਹ ਹਰਿਆਣੇ ਦੇ ਸਿੱਖਾਂ ਦਾ ਹੋਵੇ, ਭਾਵੇਂ ਰਾਜਸਥਾਨ ਦੇ ਸਿੱਖਾਂ ਦਾ ਹੋਵੇ, ਭਾਵੇਂ ਹੋਰ ਸਟੇਟਾਂ ਦਾ ਹੋਵੇ, ਇਹਦੀ ਲੋੜ ਤਾਂ ਪਈ ਹੈ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਮੇਨ ਸੰਸਥਾ ਸੀ, ਜਦੋਂ ਉਹਦੇ ਉੱਤੇ ਇੱਕ ਪਰਿਵਾਰ ਦਾ, ਬਾਦਲ ਪਰਿਵਾਰ ਦਾ ਜਾਂ ਇਹੋ ਜਿਹੇ ਲੋਕਾਂ ਦਾ ਕਬਜ਼ਾ ਹੋ ਗਿਆ, ਅਤੇ ਉਹਨਾਂ ਨੇ ਸਿੱਖਾਂ ਦੀ ਸਹੀ ਨੁਮਾਇੰਦਗੀ ਨਹੀਂ ਕੀਤੀ, ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਸੀ ਉਹਨਾਂ ਦੇ ਜਿਹੜੇ ਮਸਲੇ ਸੀ ਉਹਨਾਂ ਨੂੰ ਸਹੀ ਢੰਗ ਦੇ ਨਾਲ ਨਹੀਂ ਚੱਕਿਆ ਜਾਂ ਉਹਨਾਂ ਦੇ ਮਸਲਿਆਂ ਨੂੰ ਹੱਲ ਨਹੀਂ ਕੀਤਾ, ਤਾਂ ਸਿੱਖਾਂ ਦੇ ਵਿੱਚ ਇੱਕ ਬੇਭਰੋਸਗੀ ਦਾ ਆਲਮ ਪੈਦਾ ਹੋਇਆ। ਮੈਂ ਸਮਝਦਾ ਕਿ ਭਾਵੇਂ ਉਹ ਹਰਿਆਣਾ ਦੇ ਲੋਕ ਸੀ, ਹਰਿਆਣਾ ਦੇ ਇੱਕ ਸਿੱਖ ਸੀ, ਉਹ ਤੋਂ ਬਾਅਦ ਰਾਜਸਥਾਨ ਦੇ ਸਿੱਖ ਖੜ੍ਹੇ ਹੋਏ ਹੈ। ਸੋ ਇਹ ਸਾਰੀਆਂ ਗੱਲਾਂ ਨਿਕਲੀਆਂ ਤਾਂ ਜੀ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਹੀ ਮਤਲਬ ਪ੍ਰਬੰਧ ਹੈ ਉਹ ਨਹੀਂ ਸਹੀ ਢੰਗ ਨਾਲ ਚੱਲਿਆ, ਉਹਦੇ ਉੱਤੇ ਬਾਦਲ ਪਰਿਵਾਰ ਕਾਬਜ਼ ਹੋ ਗਿਆ, ਬਾਦਲ ਪਰਿਵਾਰ ਨੇ ਉੱਥੋਂ ਦਾ ਜਿਹੜਾ ਪੈਸਾ ਆਪਣੇ ਰਾਜਨੀਤਿਕ ਮਫਾਦਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਹੋ ਹੀ ਗੱਲ ਹਰ ਵਾਰ ਇਹ ਗੱਲ ਕਰਦੇ ਜਿਹੜੇ ਬਾਦਲ ਵਿਰੋਧੀ ਦਲ ਆ ਜਾਂ ਜਿਹੜੇ ਚੋਣਾਂ ਨਹੀਂ ਜਿੱਤ ਪਾਉਂਦੇ SGPC ਦੀਆਂ, ਚੋਣਾਂ ਜਦੋਂ ਹੁੰਦੀਆਂ ਨੇ ਉਦੋਂ ਸਾਰਿਆਂ ਕੋਲ ਅਧਿਕਾਰ ਹੁੰਦਾ ਵੋਟ ਪਾਉਣ ਦਾ, ਕਿਉਂ ਉਦੋਂ ਇਹ ਨਹੀਂ ਗੱਲ ਕੀਤੀ ਜਾਂਦੀ ਕਿ ਜੇ ਲੱਗਦਾ ਕਿ ਇੱਕ ਪਰਿਵਾਰ ਦਾ ਕਬਜ਼ਾ SGPC 'ਤੇ ਤਾਂ ਜਦੋਂ ਚੋਣਾਂ ਹੁੰਦੀਆਂ ਉਸ ਗੱਲ ਲੋਕਾਂ ਦੇ ਉੱਤੇ ਇਹ ਪ੍ਰਚਾਰ ਕੀਤਾ ਜਾ ਸਕਦਾ ਵੀ ਇਸ ਨੂੰ ਹਟਾਇਆ ਜਾਵੇ, ਕਿਉਂ ਨਹੀਂ ਲੋਕਤੰਤਰ ਤਰੀਕੇ ਨਾਲ ਇਸ ਤਰ੍ਹਾਂ ਪ੍ਰਕਿਰਿਆ? ਤੁਸੀਂ ਇੱਕ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਚੋਣਾਂ ਦਾ ਜਿਹੜਾ ਮਤਲਬ ਜੋੜ ਹੈ, ਜਿਹੜੇ ਵਿਰੋਧੀ ਦਲ ਇਕੱਠੇ ਲਹਿਦੇ ਲਹਿਦੇ ਚੋਣਾਂ ਲੜੇ, ਜੇ ਉਹਨਾਂ ਦੀ ਜੋੜ, ਜੇ ਉਹਨਾਂ ਦੀਆਂ ਵੋਟਾਂ ਦਾ ਜੋੜ ਕਰੋਗੇ ਤਾਂ ਬਾਦਲ ਦੇ ਉਮੀਦਵਾਰਾਂ ਤੋਂ ਵੋਟਾਂ ਵੱਧ ਨਿਕਲਦੀਆਂ, ਲੇਕਿਨ ਇਸ ਕਰਕੇ ਉੱਥੇ ਅਸੀਂ ਪ੍ਰੋਬਲਮ 'ਚ ਆਉਂਦੇ ਹਾਂ। ਲੇਕਿਨ ਇਸ ਵਾਰ ਜੋ ਪੰਜਾਬ ਦੇ ਹਾਲਾਤ ਹੈ ਉਹ ਬਿਲਕੁਲ ਉਲਟ ਹੈ, ਬਾਦਲਾਂ ਦੇ ਕੁਨਬੇ ਨੂੰ ਬਦਲਣ ਦੇ ਲਈ ਸਾਰੀਆਂ ਪੰਥਕ ਧਿਰਾਂ ਇੱਕ ਪਲੇਟਫਾਰਮ 'ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਦੇ ਥੱਲੇ ਲੜਾਈ ਲੜਨ ਦੇ ਲਈ ਤਿਆਰ ਹੈ।
जिक्रे खास है कि समागम विच शामिल होने लिए पुजे श्री गुरु नानक देव जी दे वंशज 17वीं पीढ़ी बाबा सरबजोत सिंह बेदी ने जोर दे के कहा कि पूरे भारत के सिखां नूं एक मंच ते इकट्ठे करन दी लोड़ है। उन्हां दा कहना सी कि राजस्थान के सिख गुरुद्वारियां दी सांभ संभाल वास्ते राजस्थान सिख गुरुद्वारा कमेटी की होंद जरूरी है। जिक्रे खास है कि इस मौके ते गुरु ग्रंथ साहिब विद्या केंद्र दी नींव भी रखी गई अते राजस्थानी सिख एजुकेशन वेलफेयर सोसाइटी दे वल्लों सिख्या दे खेतर विच कीते जा रहे कम्मां दे बारे भी दस्या गया। हरियाणा दे राजस्थान दे सिखां नूं इह इत्थे बहुत वड्डी लोड़ है, इत्थे इक सिख यूनिवर्सिटी बणे और उस सिख यूनिवर्सिटी वास्ते तुहाडा सुपना जिहड़ा ना उहदे विच सारे विश्व दे सिख, खास करके मैं हरियाणा सिख गुरुद्वारा प्रबंधक कमेटी नूं कहना चाहांगा कि असी कमिटेड हाँ थोड़े नाल हर वक्त हर समय हर गल वास्ते हर पल वास्ते ते वर्ग सच्चे पातशाह। कपूरथला तो इंद्रजीत सिंह दी स्पेशल रिपोर्ट दे नाल ब्यूरो रिपोर्ट द टीवी NRI।